फगवाड़ा जीटी रोड जेसीटी मिल पुल उपर तेज रफ्तार वाहन की लपेट च आने नाल चार लोग गंभीर जख्मी होए ने जिन्हां नूं इलाज लई फगवाड़ा दे सिविल अस्पताल विखे भर्ती करवाया गया। एमरजेंसी ड्यूटी ते तैनात डॉक्टरों वालों एक नूं मृतक करार दिता गया ते बाकियां दा इलाज शुरू कर दिता गया। मौके ते मृतक दी पछाण मनीष पुत्र महावीर उम्र करीब 40 साल वासी दाना मंडी फगवाड़ा वजो हुई है, जबकि जख्मियों की पछाण सुमित्र पुत्र हरी राम वासी पिंड खुरमपुर, दशरथ वासी पिंड चाचोकी अते बंटी वासी पिंड खोथड़ा वजो हुई है। मौके ते मिली जानकारी मुताबक एक तेज़ रफ्तार कार चालक वालों एक साइकिल सवार अते अलग अलग दो एक्टिवा सवारा नूं टक्कर मार दिती गई है, जिस कारण यह हादसा वापर गया। पुलिस वालों मामले संबंधी अगली कार्रवाई शुरू कर दिती गई है। ਅਸੀਂ ਤਾਂ ਫੁਆੜਿਆਂ ਨੂੰ ਚੱਲੇ ਸੀਗੇ। ਕਿੱਥੇ ਜਾ ਰਹੇ? ਫੁਆੜੇ ਨੂੰ ਜੇ ਸੀ ਡੀ ਮਾਰਦੇ ਪਰਚੀ ਪਾਲ ਦਿਓ, ਉਹ ਪਿੱਛੋਂ ਗੱਡੀ ਮਾਰੀ ਆ। ਕੋਈ ਪਹਿਚਾਣ ਹੋਈ ਗੱਡੀ ਦੇ ਨੰਬਰ ਵਗੈਰਾ? ਕੋਈ ਨਹੀਂ, ਉਹ ਪੁਲਿਸ ਨੇ ਨੰਬਰ ਨੋਟ ਕੀਤਾ ਉਹਨਾਂ ਦਾ। ਕਿੰਨੇ ਵਿਅਕਤੀ ਸੀ ਤੁਸੀਂ? ਅਸੀਂ ਦੋ ਜਣੇ ਸੀਗੇ। ਅਤੇ ਕਾਹਦੇ ਨਾਲ ਹੋਇਆ ਤੁਸੀਂ ਕੱਦ ਤੋਂ ਐਡਵਰ? ਹਾਂਜੀ ਹਾਂਜੀ, ਜੁਪਟਰ ਛੋਟੀ ਸੀਗੀ, ਉੱਥੇ ਜਾਂਦੇ ਪਏ ਸੀਗੇ। ਕਿੱਦਾਂ ਬਾਕੀ ਦੇ ਕੰਡੀਸ਼ਨ ਕਿੱਦਾਂ ਬੰਦਿਆਂ ਦੀ? ਠੀਕ ਆ। ਆਹੋ, ਬਾਕੀ ਨੂੰ ਉੱਥੇ ਸਿਵਲ 'ਚ ਦਾਖਲ ਕੀਤਾ ਆ, ਸਿਰ 'ਤੇ ਸੱਟ ਲੱਗ ਗਈ ਉਹਦੇ। ਅਸੀਂ ਉੱਧਰੋਂ ਆ ਰਹੇ ਸੀ ਚਾਚੋਕੀ ਤੋਂ ਪੁੱਲ ਦੇ ਉੱਪਰ, ਮੈਂ ਇੱਥੇ ਚਾਰ ਨਗਰ ਹੀ ਆ ਰਿਹਾ ਸੀ ਆਪਣੀ ਅਕੈਡਮੀ ਤੋਂ। ਉੱਥੇ ਨਾ ਐਕਸੀਡੈਂਟ ਹੋਇਆ ਹੋਇਆ ਸੀ, ਇਹ ਭਾਜੀ ਹੋਣੀ ਜਿਹਨਾਂ ਦਾ ਐਕਸੀਡੈਂਟ ਹੋਇਆ, ਡਿੱਗਿਆ ਸੀ। ਦੋ ਸਕੂਟੀਆਂ ਸੀ, ਇੱਕ ਸਾਈਕਲ ਦੇ ਵੀ ਉੱਥੇ ਡਿੱਗੇ ਪਏ ਸੀ। ਕਾਫੀ ਲੋਕ ਇਕੱਠੇ ਹੋਏ ਸੀ ਉੱਥੇ। ਫਿਰ ਭਾਜੀ ਉਹਨਾਂ ਦੇ ਕਾਫੀ ਸਿਰ 'ਚ ਖੂਨ ਨਿਕਲਦਾ ਪਿਆ ਸੀ, ਫਿਰ ਐਂਬੂਲੈਂਸ ਨੂੰ ਫੋਨ ਕੀਤਾ, ਫਿਰ ਉਹ ਆਏ ਤਾਂ ਉਹਨਾਂ ਨੂੰ ਪਾ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ। ਨਹੀਂ, ਹਾਂਜੀ, ਅਸੀਂ ਐਂਬੂਲੈਂਸ ਦੇ ਵਿੱਚ ਗਏ, ਮੈਂ ਤਾਂ ਆਪਣੀ ਬਾਈਕ 'ਤੇ ਆਇਆ ਇੱਥੇ ਉਹਦਾ, ਪਰ ਐਂਬੂਲੈਂਸ 'ਚ ਉਹਨਾਂ ਦਾ ਬੇਟਾ ਆ ਗਿਆ ਸੀ ਜਦ 'ਤੇ, ਫਿਰ ਉਹ ਨਾਲ ਲੈ ਕੇ ਆਪਣੇ ਪਾਪਾ ਨੂੰ ਇੱਥੇ ਆ ਗਿਆ ਅਤੇ ਅਸੀਂ ਤਾਂ ਮਗਰ ਆਏ ਹਾਂ। ਨਹੀਂ, ਪਰ ਜਿਹੜੇ ਉੱਥੇ ਲੋਕ ਸੀਗੇ ਇਕੱਠੇ, ਉਹ ਕਹਿ ਰਹੇ ਸੀ ਕਾਰ ਵਾਲਾ ਕੋਈ ਬਹੁਤ ਤੇਜ਼ ਆ ਰਿਹਾ ਸੀ, ਦੋ ਤਿੰਨ ਜਣਿਆਂ ਨੂੰ ਹਿੱਟ ਕਰਕੇ ਗਿਆ। ਜਿੱਦਾਂ ਤੁਸੀਂ ਇੱਕ ਹੈਲਪ ਕੀਤੀ ਆ, ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਹੈਲਪ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ? ਹੈਲਪ ਤਾਂ ਕਰਨੀ ਚਾਹੀਦੀ ਆ ਜੀ, ਓਬੀਅਸਲੀ ਜੇ ਜਾਨ ਬਚ ਜਾਵੇ ਕਿਸੇ ਦੀ ਕੀ ਹੈ ਮਾੜਾ। ਬਹੁਤ ਲੋਕਾਂ ਨੇ, ਮੈਂ ਇਕੱਲੇ ਨੇ ਨਹੀਂ, ਜਿੰਨੇ ਸੀਗੇ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ, ਸਾਰਿਆਂ ਨੇ ਐਂਬੂਲੈਂਸ ਨੂੰ ਉਦੋਂ ਹੀ ਸਾਰਿਆਂ ਨੇ ਫੋਨ ਕੀਤਾ ਆਪਣੇ ਵੱਲੋਂ ਪੂਰੀ, ਕਿਉਂਕਿ ਜਦੋਂ ਬੰਦਾ ਆਪਣੀ ਬੋਡੀ ਤੋਂ ਭਾਰ ਛੱਡਦਾ ਬਹੁਤ ਭਾਰਾ ਹੋ ਜਾਂਦਾ। ਘੱਟੋ ਘੱਟ 7-8 ਜਣਿਆਂ ਨੇ ਤਾਂ ਉਹਨਾਂ ਨੂੰ ਚੱਕ ਕੇ ਦੂਸਰੀ ਸਾਈਡ ਐਂਬੂਲੈਂਸ ਸੀਗੀ, ਸੜਕ ਵੀ ਕਰੋਸ ਨਹੀਂ ਕਰ ਸਕਦੀ, ਉੱਥੋਂ ਹੀ ਮੋੜ ਲਿਆ ਐਂਬੂਲੈਂਸ ਨੂੰ ਉਧਰਲੇ ਪਾਸੇ ਇਹਨਾਂ ਨੂੰ ਉਹਦੇ ਵਿੱਚ। ਕਿੰਨੇ ਲੋਕ ਸੀ ਸਾਹਮਣੇ ਆਏ, ਕਿੰਨੇ ਲੋਕਾਂ ਨੂੰ ਗੱਡੀ ਹੈਡ ਕਰਕੇ ਗਈ ਆ? 3 ਸੁਣਨ 'ਚ ਆ ਰਿਹਾ, ਕਿਉਂਕਿ ਭਾਜੀ ਹੁਣਾਂ ਦੀ ਤਬੀਅਤ ਜ਼ਿਆਦਾ ਖਰਾਬ ਸੀ ਅਤੇ ਬਾਕੀਆਂ ਨੂੰ ਲੈ ਗਏ ਸੀ। ਇਹਨਾਂ ਦਾ ਭਾਰ ਵੀ ਹੈਵੀ ਸੀਗੇ ਅਤੇ ਇਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਸੀ, ਤਾਂ ਕਰਕੇ ਵੀ ਥੋੜ੍ਹਾ ਸਮਾਂ ਉੱਥੇ ਇਹਨਾਂ ਨੂੰ ਲੱਗ ਗਿਆ ਐਂਬੂਲੈਂਸ ਆਉਣ ਤੱਕ। ਬਾਕੀਆਂ ਨੂੰ ਤਾਂ ਮੋਟਰਸਾਈਕਲ 'ਤੇ ਕੋਈ ਲੈ ਗਿਆ, ਕੋਈ ਕਾਰ 'ਤੇ, ਇੱਦਾਂ ਲੈ ਗਏ। ਸਰ, ਕੰਡੀਸ਼ਨ ਕਿੱਦਾਂ ਬਾਕੀਆਂ ਦੀ? ਬਾਕੀਆਂ ਦੀ ਸੁਣਨ 'ਚ ਆਇਆ ਜੀ, ਇੱਕ ਦੇ ਤਾਂ ਪਿੱਠ 'ਤੇ ਜ਼ਿਆਦਾ ਸੱਟ ਲੱਗੀ, ਜਿਹੜਾ ਸਾਈਕਲ 'ਤੇ ਬੰਦਾ ਡਿੱਗਿਆ ਉਹ ਤਾਂ ਸਾਈਕਲ ਵੀ ਬਿਲਕੁਲ ਡਿਸਟਰੋਇਡ ਹੋ ਗਿਆ, ਯਾਨੀ ਗੱਡੀ ਵਾਲਾ ਬਹੁਤ ਤੇਜ਼ ਹੋਣਾ, ਅਤੇ ਜਿਹੜੇ ਦੂਜੇ ਆ ਐਕਟਿਵਾ 'ਤੇ ਉਹ ਆਪ ਮਕੈਨਿਕ ਆ, ਦੋਨੇ ਜਣੇ ਉਹਦੇ, ਇੱਕ ਤਾਂ ਹੈਲਮਟ ਪਾਇਆ ਸੀ ਕਰਕੇ ਜਾਨ ਬਚ ਕੇ ਡਿੱਗਿਆ, ਉਹ ਵੀ ਬਹੁਤ ਜ਼ੋਰ 'ਤੇ ਸੀ, ਹੈਲਮਟ ਚੱਕਣਾ ਸ਼ੁਰੂ ਹੋ ਗਿਆ, ਪਰ ਉਹਦੀ ਹੈਲਮਟ ਪਾਇਆ ਕਰਕੇ ਜਾਨ ਬਚ ਗਈ। 4 ਮਰੀਜ਼ ਸਾਡੇ ਕੋਲ ਆਏ ਆ, ਇਹ 7:45 ਵਜੇ ਦੇ ਲਾਗੇ ਖਾਗੇ, ਇੱਕ ਮਨੀਸ਼, ਦੂਜਾ ਹੈਗਾ ਸੁਮਿੱਤਰ, ਤੀਜਾ ਧਰਮ ਦਾ, ਚੌਥਾ ਬੰਟੀ। ਉਹਨਾਂ 'ਚੋਂ ਇੱਕ ਬਰੋਡਡ ਡੈਥ ਹੋ ਗਈ ਅਤੇ ਬਾਕੀਆਂ ਦੇ 2 ਦੇ ਸਿਰ 'ਚ ਸੱਟ ਲੱਗੀ ਹੈ, ਇੱਕ ਥੋੜ੍ਹੀ ਮਤਲਬ ਰਗੜਾ ਵਗੈਰਾ, ਇੱਕ ਦੇ ਗੋਡੇ 'ਚ ਲੱਗੀਆਂ, ਹੱਥ ਅਤੇ ਪੂਣੇ 'ਤੇ ਥੋੜ੍ਹੀ ਬਹੁਤ ਲੱਗੀ, ਉਹ ਬਾਕੀ ਠੀਕ ਹੈਗੇ ਆ। ਉਹ ਮਨੀਸ਼ 40 ਸਾਲ ਦੇ ਹੈਗੇ ਆ, ਦਾਣਾ ਮੰਡੀ ਰਹਿਣ ਵਾਲੇ, ਉਹਨਾਂ ਦੀ ਡੈਥ ਹੋਈ ਹੈ। ਸਰ, ਬਾਕੀਆਂ ਦੀ ਕੰਡੀਸ਼ਨ ਕਿੱਦਾਂ? ਠੀਕ ਆ, ਠੀਕ ਹੈ।